ਸਾਨੂੰ ਦਰਵਾਜ਼ਿਆਂ ਦੀ ਲੋੜ ਨਹੀਂ। ਪੜੋ ਪੇਪਰ ਆਪਣੇ ਚੱਕੋ ਪੀਪਣੀ ਭਾਅ ਜੀ, ਉਹ ਵੀ ਸਰ ਬਲੈਕ ਟੂਬ ਲਾਓ ਆ ਵਿੱਚੋਂ ਪੈਪ ਨਿਕਲਿਆ ਦੋਵੇਂ ਦਾ। ਸਕਦੇ ਮਰੂਤੀ ਇੱਕ ਜੇ ਆਪਣੇ ਕੋਲ ਸ਼ੋਰਟ ਸ਼ਰਮੀ ਰਣਜੀਤ ਨਗਰ।
ਆਪ ਬੈਠ ਰਹੇ ਹੁਣ ਹਾਂਜੀ ਮੈਡਮ ਚਲਾਨ ਕੀਤੇ ਜਾ ਰਹੇ ਨੇ ਕੋਈ ਖਾਸ ਕਾਰਨ ਜਿਹੜੀਆਂ ਫਿਲਮਾਂ ਲਾਈਆਂ ਜਾ ਰਹੀਆਂ ਨੇ ਇੱਦਾਂ ਵਾ ਕਿ ਵੀ ਜਿੱਦਾਂ ਪੁਲਿਸ ਆਪਣੇ ਰੂਟੀਨ 'ਚ ਵਰਕ ਤਾਂ ਹਰੇਕ ਤਰ੍ਹਾਂ ਕਰਦੀ ਹੈ ਲੇਕਿਨ ਜ਼ਿਆਦਾਤਰ ਅਸੀਂ ਆਪਣੇ ਬਲੈਕ ਫਿਲਮਾਂ ਜਿਹਨਾਂ ਲਗਾਈਆਂ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਬਲੈਕ ਫਿਲਮਾਂ ਲਾ ਕੇ ਤਾਂ ਲਾਈ ਦੀਆਂ ਨੇ ਕਿ ਗਾਂਹ ਜਾ ਕੇ ਹੋਰਾਂ ਕੋਲ ਵਾਰਦਾਤ ਕਰ ਦੇਣ ਅਤੇ ਉਹਨਾਂ ਕਰਕੇ ਉਹਨਾਂ ਨੂੰ ਫਿਲਮ ਵੀ ਉਤਾਰ ਦੇਣੇ ਨਾਲ ਵਾਰਨਿੰਗ ਵੀ ਦੇ ਦਈ ਜਾਂਦੇ ਨੇ ਅਤੇ ਜ਼ਿਆਦਾਤਰ ਅਸੀਂ 26 ਜਨਵਰੀ ਕਰਕੇ ਵੀ ਚੋਣਾਂ ਕਰਕੇ ਵੀ ਫਿਰ ਰੂਟੀਨ 'ਚ ਆਪਣਾ ਕੰਮ ਵੀ ਕਰ ਰਹੇ ਹਾਂ ਅਤੇ ਬਾਕੀ ਆ ਬੱਸਾਂ ਵਾਲਿਆਂ ਨੂੰ ਵਾਰਨਿੰਗ ਦੇ ਰਹੇ ਹਾਂ ਜਿਹਨਾਂ ਦੇ ਹੋਰਨ ਲੱਗੇ ਆ ਜਾਂ ਦੂਜੀਆਂ ਹੋਰ ਵੀ ਜਿਹਨਾਂ ਦੇ ਮਤਲਬ ਕਾਰਾਂ 'ਚ ਹੋਰਨ ਵੱਡੇ ਸੁਪਰ ਲਾਏ ਆ ਹੂਟਰ ਵੀ ਜਾਂਦੇ ਉਹਨਾਂ ਦੇ ਹੂਟਰ ਵੀ ਲਾਤੇ ਅਤੇ ਬਾਕੀ ਆਪਾਂ ਨੂੰ ਇਹੋ ਹੀ ਸੁਣਾ ਦਿਆਂਗੇ ਵੀ ਜਿਹੜੇ ਹਾਈ ਬੀਮ ਲਾਈਟ ਹੈ ਰਾਤ ਨੂੰ ਜਿਹੜੀ ਸ਼ਾਮ ਡਿੱਪਰ 'ਤੇ ਸ਼ਹਿਰ 'ਚ ਚੱਲਣਾ ਚਾਹੀਦਾ ਹਰੇਕ ਵੀ ਨਾਗਰਿਕ ਨੂੰ ਹਾਈ ਬੀਮ ਲਾਈਟ ਜਿਹੜੀ ਲੋ ਕਰਕੇ ਰਾਤ ਨੂੰ ਚੱਲਣਾ ਚਾਹੀਦਾ ਇਹ ਮੇਰਾ ਸੰਦੇਸ਼ ਜ਼ਰੂਰ ਪਹੁੰਚਾ ਦੇਣਾ ਇੱਕ ਜਿਹੜੀ ਖਾਸ ਗੱਲ ਹੈਗੀ ਆ ਕਿ ਆਏ ਦਿਨ ਐਕਸੀਡੈਂਟ ਹੁੰਦੇ ਆ ਧੁੰਦ ਕਰਕੇ ਅਤੇ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਖਾਸ ਤੌਰ 'ਤੇ ਕੀ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਕਿ ਧੁੰਦ 'ਚ ਕਿੱਦਾਂ ਗੱਡੀ ਮਤਲਬ ਧੁੰਦ 'ਚ ਅਸੀਂ